सिमरन हस्पताल का माहौल उस वेले तनावपूर्ण हो गया जो इलाज कराने आई एक औरत की मौत हो गई। मृतक के परिवारक मैंबरों ने गुरदासपुर अमृतसर बाईपास जाम करके रोष प्रदर्शन किया। जान लैन वाला हॉस्पिटल सिमरन बंद करो, बंद करो, बंद करो। सिमरन डॉक्टर मुर्दाबाद, मुर्दाबाद, मुर्दाबाद। सिमरन डॉक्टर मुर्दाबाद, मुर्दाबाद, मुर्दाबाद। डॉक्टर कम्युनिटी मुर्दाबाद, मुर्दाबाद, मुर्दाबाद। डॉक्टर कम्युनिटी मुर्दाबाद, मुर्दाबाद, मुर्दाबाद। सिमरन हॉस्पिटल ओ किता ही कोई डॉक्टर नहीं जाना मारा अही बिल्कुल जो जिवे जो नसैसरी काम सीगा जो मंगा सीगा जो उस टाइम जो होना चाहिए सी चाहे वह कहीं भी सेंटर च हुंदा सी वह सारा काम किया उन्होंने इलाज के दौरान सानू बहुत अफसोस है इस गल का कि मरीज की एक्सपायर हो गया डैथ हो गया अकाल चलाना कर गया सानू इस गल का बहुत अफसोस है। और जे चलो डॉक्टरी मिशा कोशिश ने मरीज ने बचाना बिल्कुल उसके बावजूद थोड़े मन के कोई नहीं ਸਾਡੇ ਮਨ ਚ ਕੋਈ ਨਹੀਂ ਹੈਗਾ ਜੀ ਆਈ ਐਮ ਸੌਰੀ ਫਾਰ ਡੈਡ ਬਸ ਥੈਂਕ ਯੂ ਦੋਸਤੋ ਥੋੜੇ ਸਾਡੇ ਠੀਕ ਹੈ ਮੈਂ ਮੈਨੂੰ ਵੀ ਗਲਤੀ ਹੋ ਗਈ ਮੈਂ ਤੂੰ ਤਾਂ ਕਹਿ ਨਹੀਂ ਸਕਦਾ ਸੌਰੀ ਨਹੀਂ ਮੈਂ ਜੋ ਮਾਨੀ ਜਾ ਬੇਇੱਜ਼ਤੀ ਨਾ ਕਰ ਕਮੈਂਟ ਨੂੰ ਛੱਡ ਦੋ ਨਾ 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 ਛੱਡ ਦੋ ਠੀਕ ਹੈ ਹੁਣ ਸੁਣ ਬੜੀ ਓਏ ਨਾ 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 ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਸਾਨੂੰ ਬੜਾ ਹੁਣ ਇਹੀ ਗੱਲਾਂ ਕਿਹੜੀ ਗੱਲ ਦੀ ਆ ਠੀਕ ਹੈ ਜੀ ਠੀਕ ਹੈ ਬਸ ਬਾਕੀ ਹੋਰ ਗੱਲ ਮੋਕ ਚਲੋ ਥੈਂਕ ਯੂ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਡਾਕਟਰਾਂ ਦੇ ਕਰਕੇ ਮਰੀਜ਼ ਦੀ ਮੌਤ ਹੋਈ ਹੈ। ਦੂਜੇ ਪਾਸੇ ਡਾਕਟਰ ਦਾ ਕਹਿਣਾ ਸੀ ਕਿ ਸਾਡੇ ਕੋਲ ਮਰੀਜ਼ ਆਇਆ ਸੀ ਅਤੇ ਉਸਦੀ ਹਾਲਤ ਕਾਫੀ ਗੰਭੀਰ ਸੀ ਜਿਨ੍ਹਾਂ ਦਾ ਇਲਾਜ ਕੀਤਾ ਗਿਆ। ਸੱਟਾਂ ਜ਼ਿਆਦਾ ਲੱਗੀਆਂ ਹੋਣ ਕਰਕੇ ਉਹਨਾਂ ਨੂੰ ਰੈਫਰ ਕੀਤਾ ਗਿਆ ਜਿਸ ਦੌਰਾਨ ਉਹਨਾਂ ਦੀ ਮੌਤ ਹੋ ਗਈ। ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਮਾਹੌਲ ਨੂੰ ਕਾਬੂ ਕੀਤਾ ਗਿਆ ਤੇ ਡਾਕਟਰਾਂ ਵੱਲੋਂ ਪਰਿਵਾਰ ਨਾਲ ਦੁੱਖ ਜ਼ਾਹਿਰ ਕੀਤਾ ਗਿਆ ਤੇ ਮਾਫੀ ਵੀ ਮੰਗੀ ਗਈ ਜਿਸ ਤੋਂ ਬਾਅਦ ਸਾਰਾ ਮਾਮਲਾ ਠੰਡਾ ਹੋ ਗਿਆ। ਇਸ ਸੰਬੰਧ ਵਿੱਚ ਮ੍ਰਿਤਕ ਦੇ ਰਿਸ਼ਤੇਦਾਰਾਂ ਵੱਲੋਂ ਕੀ ਜਾਣਕਾਰੀ ਦਿੱਤੀ ਗਈ ਆਹ ਤੁਹਾਨੂੰ ਦਿਖਾਉਂਦੇ ਹਾਂ। ਜੋ ਸਾਨੂੰ ਸੰਤੁਸ਼ਟੀ 'ਚ ਵੇਖੋ ਜੋ ਪਰਮਾਤਮਾ ਨੇ ਘਾਟਾ ਪਾਤਾ ਉਹ ਕਦੀ ਵੀ ਨਹੀਂ ਹੋਣੀ ਜੀ, ਠੀਕ ਹੈ ਜੀ। ਬਾਕੀ ਜੋ ਡਾਕਟਰਾਂ ਦੀ ਅਣਗਹਿਲੀ ਰਹੀ ਆ, ਜੋ ਵੀ ਡਾਕਟਰਾਂ ਦੀ ਅਣਗਹਿਲੀ ਕਾਰਨ ਇਹ ਕੁਝ ਹੋਇਆ ਵਾ, ਇਹ ਡਾਕਟਰਾਂ ਨੇ ਇਹ ਫੀਲ ਸਾਡੇ ਸਾਹਮਣੇ ਹੁਣ ਕੀਤਾ ਵਾ ਕਿ ਸਾਡੇ ਕੋਲ ਗਲਤੀ ਹੋ ਗਈ ਆ ਕਿ ਸੱਟ ਲੱਗੀ, ਆਪਾਂ ਸਵੇਰ ਦਾ ਜਵਾਬ ਦੇ ਦਿੰਦੇ। ਜੇ ਨਹੀਂ ਜਵਾਬ ਦੇਣ ਜੋਗੇ ਤਾਂ ਦੱਸ ਤਾਂ ਸਕਦੇ ਹੀ ਕਮ ਸੇ ਕਮ ਕਿ ਤੁਸੀਂ ਕਿਸੇ ਪਰਿਵਾਰ ਦੇ ਮੈਂਬਰ ਨੂੰ ਦੱਸ ਦਿਓ ਕਿ ਆਪਾਂ ਇਹ ਸਾਡੇ ਕੋਲ ਨਹੀਂ ਪੇਸ਼ ਆਪਣਾ ਇਲਾਜ ਹੋ ਸਕਦਾ। ਪਰ ਉਹਨਾਂ ਦੀ ਵੇਖੋ ਕਿੱਡੀ ਘਨੌਣੀ ਹਰਕਤ ਹੈ ਡਾਕਟਰਾਂ ਦੀ, ਡਾਕਟਰ ਸਿਮਰਨ ਦੀ, ਕਿ ਸਾਡੇ ਜਿਨ੍ਹਾਂ ਦੇ ਚੰਗੇ ਭਲੇ ਹੱਸਦੇ ਵੱਸਦੇ ਘਰ ਨੂੰ ਉਜਾੜ ਕੇ ਰੱਖ ਦਿੱਤਾ। ਔਰ ਮੈਂ ਕਿੱਡੀ ਕਿਹਨਾਂ ਦੀ ਬਦਕਿਸਮੀ ਸਮਝਦਾ ਵਾਂ ਕਿ ਜਿਨ੍ਹਾਂ ਦੇ ਕਿਤੇ ਸੱਟ ਲੱਗਣ ਕਾਰਨ ਇਸ ਹੋਸਪਿਟਲ 'ਚ ਪਹੁੰਚ ਗਏ। ਔਰ ਮੈਂ ਗਾਂ ਵੀ ਕਿਤੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਵਾਂ ਕਿ ਇਸੋ ਜਿਹੇ ਜਲਾਦਾਂ ਦੇ ਹੱਥ ਨਾ ਆਓ, ਕਿਉਂਕਿ ਜੋ ਵੀ ਇਹਨਾਂ ਘਨੌਣੀ ਹਰਕਤ ਕੀਤੀ ਹੈ ਗਾਂ ਕਿਸੇ ਦਾ ਪਰਿਵਾਰ ਇੱਦਾਂ ਉਜੜ ਜਾਏ, ਕਿਸੇ ਦਾ ਕਿਸੇ ਬੱਚਿਆਂ ਦਾ ਮਾਂ ਪਿਓ ਨੇ ਇੱਦਾਂ ਚਲਾ ਜਾਏ। ਜੋ ਵੀ ਇਹ ਡਾਕਟਰਾਂ ਕੀਤਾ ਅੱਜ ਸਾਡੇ ਸਾਹਮਣੇ ਇੱਥੇ ਮਾਫੀ ਮੰਗੀ ਹੈ ਲਾਈਵ ਹੋ ਕੇ, ਅਤੇ ਇਹ ਮਾਫੀ ਦੇ ਹੱਕਦਾਰ ਤਾਂ ਨਹੀਂ ਹਨ, ਪਰ ਚਲੋ ਕੋਈ ਗੱਲ ਨਹੀਂ, ਜਿਹੜਾ ਬੰਦਾ ਜੇ ਰੱਬ ਮਾਫ਼ ਕਰਦਾ ਤਾਂ ਕੋਈ ਗੱਲ ਨਹੀਂ, ਬੰਦਾ ਮਾਫ਼ ਕਰਨ ਜੋਗਾ ਨਹੀਂ ਹੈਗਾ। ਅਤੇ ਜੇ ਮਾਫ਼ੀ ਮੰਗ ਲਈਏ ਤਾਂ ਠੀਕ ਆ, ਬਾਕੀ ਪਰਮਾਤਮਾ ਇਹਨਾਂ ਨਾਲ ਸਭ ਕੁਛ ਆਪ ਵੇਖੇਗਾ। ਪਰ ਇਹਨਾਂ ਨੂੰ ਕਿਤੇ ਗਾਂ ਇਹੋ ਜਿਹਾ ਨਹੀਂ ਕਰਨਾ ਚਾਹੀਦਾ ਕਿਸੇ ਨਾਲ ਵੀ, ਕਿਉਂਕਿ ਬਹੁਤ ਘਨੌਣੀ ਹਰਕਤ ਹੈ ਇਹ, ਡਾਕਟਰਾਂ ਨੂੰ ਪਰਮਾਤਮਾ ਆਪ ਵੇਖੇਗਾ ਜੀ। ਜਦੋਂ ਇਸ ਬਾਰੇ ਡਾਕਟਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਡਾਕਟਰਾਂ ਦਾ ਕੀ ਕਹਿਣਾ ਸੀ ਆਓ ਤੁਹਾਨੂੰ ਦਿਖਾਉਂਦੇ ਹਾਂ। ਇਹਨਾਂ ਸਾਡੇ ਕੋਲ ਮਾਤਾ ਜੀ ਆਏ ਸੀ, ਬਜ਼ੁਰਗ ਮਾਤਾ ਜੀ ਸੀਗੇ, ਜੋ ਕਿ ਕੋਠੇ ਤੋਂ ਡਿੱਗ ਕੇ ਫਿਰ ਕੰਧ ਉੱਤੇ ਪੈ ਗਏ ਸੀਗੇ, ਜਿਹਦੇ ਕਰਕੇ ਉਹਨਾਂ ਦੀ ਛਾਤੀ ਨੂੰ ਕਾਫੀ ਸੱਟ ਲੱਗ ਗਈ ਸੀਗੀ। ਸਾਡੇ ਕੋਲ ਆਏ, ਅਸੀਂ ਆਉਂਦਿਆਂ ਉਹਨਾਂ ਦਾ ਬੰਦ ਦਾ ਇਲਾਜ ਸੀ ਟੀ ਸਕੈਨ ਕੀਤਾ, ਸਾਰੇ ਟੈਸਟ ਕੀਤੇ, ਬਲੱਡ ਅੰਦਰ ਕਾਫੀ ਇਕੱਠਾ ਹੋਇਆ ਜੀ ਛਾਤੀ ਦੇ ਵਿੱਚ, ਉਹਦੇ ਵਾਸਤੇ ਚੈਸਟ ਟਿਊਬ ਪਾਈ ਗਈ ਹੈ, ਬਲੱਡ ਜ਼ਿਆਦਾ ਵਗਣ ਕਰਕੇ ਉਹਨਾਂ ਨੂੰ ਬਲੱਡ ਟ੍ਰਾਂਸਫਿਊਜ ਕੀਤਾ ਗਿਆ। ਜੋ ਬੰਦਾ ਸੀਗਾ ਪੇਟ ਦੀ ਵੀ ਸੀਟੀ ਹੋਈ ਹੈ, ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਸੀਗੀ, ਛਾਤੀ ਦੇ ਵਿੱਚ ਇਹਨਾਂ ਨੇ ਜ਼ਿਆਦਾ ਬਲੱਡ ਸੀਗਾ, ਉਹਦਾ ਜੋ ਬੰਦਾ ਦਾ ਜਿਹੜਾ ਆਕਸੀਜਨ ਵਗੈਰਾ ਦੇ ਰਹੇ ਸੀ ਸਭ ਕੁਛ ਕਰ ਰਹੇ ਸੀ। ਇਲਾਜ ਦੇ ਦੌਰਾਨ ਅਚਨਚੇਤ ਮਾਤਾ ਜੀ ਦੀ ਡੈਥ ਹੋ ਗਈ ਹੈ, ਜਿਸ ਦੇ ਵਿੱਚ ਕਿ ਡਾਕਟਰਾਂ ਨੇ ਕੋਈ ਅਣਗਹਿਲੀ ਨਹੀਂ ਹੈ ਜਿਵੇਂ ਲੱਗਦਾ। ਔਰ ਸਾਨੂੰ ਵੀ ਕਾਫੀ ਬਹੁਤ ਅਫਸੋਸ ਹੈ ਵੀ ਸਾਡੇ ਇੰਨੇ ਜ਼ਿਆਦਾ ਸਾਡੀਆਂ ਜਿਹੜੀਆਂ ਅਸੀਂ ਇਲਾਜ ਕੀਤਾ, ਸਾਡੇ ਸਾਰੇ ਕੀ ਕਹਿ ਸਕਦੇ ਆਪਾਂ ਨੂੰ ਕੋਸ਼ਿਸ਼ਾਂ ਦੇ ਬਾਵਜੂਦ ਨਹੀਂ ਸਰਵਾਈਵ ਕਰ ਪਏ। ਵੀ ਆਰ ਸੋਰੀ ਫਾਰ ਹਰ ਡੈਥ, ਬੇਬੁਨਿਆਦ ਇਲਜ਼ਾਮ ਹੈ, ਇਸ ਚੀਜ਼ ਨੂੰ ਅਸੀਂ ਨਹੀਂ ਕਹਿ ਸਕਦੇ। ਕੋਈ ਜੇ ਜਾਣ ਬੁੱਝ ਕੇ ਤਾਂ ਕਰ ਨਹੀਂ ਸਕਦਾ ਕਿ ਡਾਕਟਰ ਆਪਣੇ ਮਰੀਜ਼ ਨਾਲ, ਕਦੀ ਵੀ ਨਹੀਂ, ਨਾ ਕਦੀ ਹੋਇਆ ਨਾ ਕਦੀ ਹੋਏਗਾ।
ਜਿਹਾਂ ਜਿਨ੍ਹਾਂ ਦਾ ਜੀ ਚਲਿਆ ਜਾਂਦਾ ਉਹਨਾਂ ਨੂੰ ਗੁੱਸਾ ਤਾਂ ਜ਼ਰੂਰ ਆਉਂਦਾ ਉਹਦੇ ਵਿੱਚ ਬੋਲ ਦਿੰਦੇ ਨੇ ਮੈਂ ਇਸ ਬਾਰੇ ਕੋਈ ਜ਼ਿਆਦਾ ਟਿੱਪਣੀ ਨਹੀਂ ਕਰ ਸਕਦਾ ਇਸ ਸੰਬੰਧੀ ਥਾਣਾ ਸਦਰ ਦੇ SHO ਜਤਿੰਦਰ ਸਿੰਘ ਨੇ ਕੀ ਕੁਝ ਕਿਹਾ ਆਓ ਤੁਹਾਨੂੰ ਦਿਖਾਉਂਦੇ ਹਾਂ ਇੱਕ ਇੰਸੀਡੈਂਟ ਹੋਇਆ ਸੀਗਾ ਇੱਕ ਲੇਡੀ ਸੀਗੀ ਕੁਲਵੰਤ ਕੌਰ ਇੱਥੇ ਮੁਸਕਾਨ ਰਸਤੇ ਦੇ ਲਾਗੇ ਉਹਨਾਂ ਦਾ ਰਹਿਸ਼ ਸੀਗਾ ਅਤੇ ਉਹ ਕਿਤੇ ਦਿਨੇ ਕੋਠੇ ਤੋਂ ਡਿੱਗ ਪਈ ਜਿਸ ਦੇ ਦੌਰਾਨ ਉਹਦੇ ਘਰ ਦੇ ਜਿਹੜੇ ਸੀ ਸਿਵਲ ਹੋਸਪਿਟਲ ਲੈ ਕੇ ਆਏ ਉਹਨੂੰ ਇੱਥੇ ਡਾਕਟਰ ਸਾਹਿਬ ਨੇ ਰੈਫਰ ਕਰ ਦਿੱਤਾ ਉਸ ਤੋਂ ਬਾਅਦ ਉਹਨਾਂ ਨੂੰ ਸਿਮਰਨ ਹੋਸਪਿਟਲ 'ਚ ਇਲਾਜ ਲਈ ਲਿਆਂਦਾ ਗਿਆ ਸਵੇਰ ਦਾ ਉਹਨਾਂ ਦਾ ਟ੍ਰੀਟਮੈਂਟ ਚੱਲਣ ਡਿਆ ਸੀਗਾ ਅਤੇ ਉਸ ਤੋਂ ਬਾਅਦ ਹੁਣ ਸ਼ਾਮ ਨੂੰ ਡਾਕਟਰਾਂ ਵੱਲੋਂ ਜਿਹੜਾ ਵਾ ਸ਼ਾਇਦ ਇਹਨਾਂ ਨੂੰ ਅੰਮ੍ਰਿਤਸਰ ਵੀ ਰੈਫਰ ਕੀਤਾ ਗਿਆ ਜਿਸ ਦੇ ਦੌਰਾਨ ਰਸਤੇ ਦੇ ਵਿੱਚ ਹੀ ਇਹਨਾਂ ਦੀ ਡੈਥ ਹੋ ਗਈ ਅਤੇ ਪਰਿਵਾਰ ਵਾਲਿਆਂ ਦਾ ਇਸ ਗੱਲ 'ਤੇ ਰੋਸ ਸੀਗਾ ਵੀ ਡਾਕਟਰ ਦੀ ਅਣਗਹਿਲੀ ਦੇ ਕਾਰਨ ਹੋਈ ਆ ਸੋ ਉਹਨਾਂ ਨੇ ਆਪਣਾ ਡਾਕਟਰ ਨਾਲ ਰੋਸ ਜ਼ਾਹਰ ਕੀਤਾ ਜਿਸ ਦੇ ਵਜੋਂ ਡਾਕਟਰ ਸਾਹਿਬ ਨੇ ਸਮੂਹ ਟੀਮ ਨੇ ਆਪਣੀ ਇਸ ਗਲਤੀ ਨੂੰ ਅਪੋਲੋਜਾਈਜ਼ ਕੀਤਾ ਵਾ ਤੋ ਤਾਂ ਕਰਕੇ ਦੋਨਾਂ ਧਿਰਾਂ ਦੀ ਹੁਣ ਸਹਿਮਤੀ ਨਾਲ ਅਪੋਲੋਜਾਈਜ਼ ਕਰਕੇ ਅਤੇ ਦੁਬਾਰਾ ਉਹ ਆਪਣੇ ਘਰ ਚਲੇ ਗਏ ਕਾਰਵਾਈ ਇਸ ਸੰਬੰਧੀ ਸਾਡੇ ਕੋਲੋਂ ਅਜੇ ਕੋਈ ਰਿਟਨ ਕੋਈ ਕੰਪਲੇਂਟ ਨਹੀਂ ਆਈ ਜਦੋਂ ਵੀ ਵਾਰਸਾ ਵੱਲੋਂ ਕੋਈ ਸਾਨੂੰ ਕੰਪਲੇਂਟ ਆਈ ਗਈ ਅਸੀਂ ਬਣਦੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਵਾਂਗੇ BM ਗੁਰੂ ਜੀ ਵਸ਼ੀਕਰਨ ਸਪੈਸ਼ਲਿਸਟ 21 ਸਾਲ ਦੀ ਤਪੱਸਿਆ ਦੇ ਨਾਲ ਤੁਹਾਡੀ ਹਰ ਇੱਕ ਮੁਸ਼ਕਿਲ ਦਾ ਹੋਵੇਗਾ ਸਮਾਧਾਨ ਸਿਰਫ ਔਰ ਸਿਰਫ 11 ਘੰਟੇ ਦੇ ਵਿੱਚ ਬਿਜ਼ਨਸ ਦੇ ਵਿੱਚ ਹੋਵੇ ਰੁਕਾਵਟ ਪਤੀ ਪਤਨੀ ਦੇ ਵਿੱਚ ਹੋਵੇ ਅਨਬਨ ਲਵ ਮੈਰਿਜ ਦਾ ਹੋਵੇ ਮੈਟਰ ਤੇ ਭਾਵੇਂ ਮੈਟਰ ਹੋ ਗਰਲਫ੍ਰੈਂਡ ਦਾ ਜ਼ਮੀਨੀ ਵਿਵਾਦ ਵਿਦੇਸ਼ੀ ਯਾਤਰਾ ਦੇ ਵਿੱਚ ਹੋਵੇ ਰੁਕਾਵਟ ਹਰ ਇੱਕ ਮੁਸ਼ਕਿਲ ਦਾ ਹੋਵੇਗਾ ਸਮਾਧਾਨ ਸਿਰਫ ਔਰ ਸਿਰਫ 11 ਘੰਟੇ ਦੇ ਵਿੱਚ ਸੰਪਰਕ ਕਰੋ 6377767679 BM ਗੁਰੂ ਜੀ ਵਸ਼ੀਕਰਨ ਸਪੈਸ਼ਲਿਸਟ ਹਰ ਇੱਕ ਮੁਸ਼ਕਿਲ ਦਾ ਸਮਾਧਾਨ ਸਿਰਫ 11 ਘੰਟੇ ਦੇ ਵਿੱਚ